ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਇਸ ਮੌਕੇ ਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਹਰਜਿੰਦਰ ਸਿੰਘ ਲਾਡਾ ਵਿਸ਼ੇਸ਼ ਮਹਿਮਾਨ ਰਹੇ। ਉਧਰ ਹੀ ਇਸ ਵਿੱਚ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਮਿੱਡਾ ਵੀ ਰਹੇ, ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਫਲਸਫੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਜੋ ਕਾਲਜ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਇਹਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 647ਵਾਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸੈਮੀਨਾਰ ਕਰਵਾਉਣ ਜਾ ਰਿਹਾ, ਜਿਹਦੇ ਵਿੱਚ ਮੈਂ ਇੱਕ ਰਿਸੋਰਸ ਪਰਸਨ ਦੇ ਤੌਰ 'ਤੇ ਪਹੁੰਚਿਆ। ਤਾਂ ਇਸ ਦਾ ਮੁੱਖ ਮਕਸਦ ਹੈ ਕਿ ਅਸੀਂ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਸ ਨੂੰ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਆਪਾਂ ਬੱਚਿਆਂ ਤੱਕ ਪਹੁੰਚਾਈਏ। ਜੋ ਉਹਨਾਂ ਦਾ ਸੰਦੇਸ਼ ਹੈ ਉਹ ਘਰ ਘਰ ਜਾਣਾ ਚਾਹੀਦਾ ਹੈ। ਅਤੇ ਅਸੀਂ ਗੁਰੂ ਸਾਹਿਬ ਦਾ ਜੋ ਫਲਸਫਾ ਹੈ, ਜੀਵਨ ਜਾਚ ਦਾ ਹੈ, ਉਸ ਵਿੱਚ ਹਰ ਇੱਕ ਤਰ੍ਹਾਂ ਦਾ ਜੀਵਨ ਜਿਉਣ ਦੀ ਯੋਗਤ ਜਿਹੜੀ ਹੈ ਉਹ ਸਾਨੂੰ ਦੱਸੀ ਗਈ। ਜਿਵੇਂ ਮੈਂ ਆਮ ਤੌਰ 'ਤੇ ਕਹਿੰਦਾ ਹੁੰਦਾ ਕਿ ਗੁਰੂ ਜੀ ਨੇ ਆਪ ਆਪਣੀ ਦਸਾਂ ਨੌਂ ਦੀ ਕਿਰਤ ਕੀਤੀ ਔਰ ਸਮੁੱਚੀ ਆਲਮ ਨੂੰ ਦਸਾਂ ਨੌਂ ਦੀ ਕਿਰਤ ਕਰਨ ਦਾ ਜਿਹੜਾ ਉਪਦੇਸ਼ ਦਿੱਤਾ, ਔਰ ਉਹਨਾਂ ਨੇ ਉਸ ਕਿਰਤ ਦੇ ਵਿੱਚ ਇੱਕ ਇਹ ਗੱਲ ਜਿਹੜੀ ਜੋ ਦਰਜ ਕੀਤੀ ਹੈ ਕਿ ਸਾਨੂੰ ਕਿਰਤ ਕਰਦਿਆਂ ਕਦੀ ਵੀ ਹੀਣ ਭਾਵਨਾ ਜਿਹੜੀ ਹੈ ਨਹੀਂ ਲਿਆਉਣੀ ਚਾਹੀਦੀ। ਔਰ ਇਹ ਸਾਡੇ ਵਿਦਿਆਰਥੀਆਂ ਲਈ ਇੱਕ ਬੜਾ ਸੁੰਦਰ ਜਿਹੜਾ ਸੰਦੇਸ਼ ਹੈ ਕਿ ਸ਼ੁਰੂ ਤੋਂ ਹੀ ਚਾਹੇ ਉਹ ਵਿੱਦਿਆ ਦੇ ਅੰਦਰ ਕਿਰਤ ਕਰਨ, ਚਾਹੇ ਆਪਣੇ ਦੁਨੀਆਂ ਦੇ ਕੰਮ ਧੰਦੇ ਸ਼ੁਰੂ ਕਰਨ, ਪਰ ਕਿਰਤ ਕਰਨੀ ਬਹੁਤ ਜ਼ਰੂਰੀ ਹੈ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਹੈ ਇੱਕ ਪਿਆਰ ਦਾ ਫਲਸਫਾ ਸਾਨੂੰ ਦਿੱਤਾ ਔਰ ਪਿਆਰ ਦੇ ਫਲਸਫੇ ਦੇ ਨਾਲ ਸੱਚੀ ਸੁੱਚੀ ਰਹਿਣੀ ਪੈਣੀ ਸੋਸਾਇਟੀ ਦੇ ਵਿੱਚ ਸਾਂ, ਭਾਈਚਾਰਕ ਸਾਂਝ ਜਿਹੜੀ ਹੈ ਕਾਇਮ ਕਰਨ ਦੀ ਯੋਗਤਾ ਸਾਨੂੰ ਸੁਣਾਈ ਹੈ। ਔਰ ਜੈਸੇ ਉਹ ਜਿਵੇਂ ਉਹ ਕਹਿੰਦੇ ਆ ਕਿ ਸਤ ਸੰਗਤ ਮਿਲੇ ਰਹੀਏ ਮਧੂ ਜੈਸੇ ਮਧੂ ਕੋ ਮਖੀਰਾ, ਕਿ ਇਸ ਤਰ੍ਹਾਂ ਸਾਨੂੰ ਸ਼ਹਿਦ ਦੀ ਮੱਖੀਆਂ ਦੀ ਤਰ੍ਹਾਂ ਜਿਹੜਾ ਹੈ ਉਹ ਰਹਿਣਾ ਚਾਹੀਦਾ। ਬਾਕੀ ਸਾਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ, ਸ਼ਰਾਬ ਦੀ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਵਾਹਨ ਵਗੈਰਾ ਹੈ ਉਹ ਨਹੀਂ ਕਰਨੇ ਚਾਹੀਦੇ। ਤੋ ਗੁਰੂ ਸਾਹਿਬ ਦਾ ਜਿਹੜਾ ਸਮੁੱਚੀ ਮਾਨਵਤਾ ਨੂੰ ਜਿਹੜਾ ਸੰਦੇਸ਼ ਹੈ ਉਹ ਇਹੀ ਹੈ ਕਿ ਸਾਨੂੰ ਇੱਕ ਸੱਚੀ ਸੁੱਚੀ ਜੀਵਨ ਜਾਂਚ ਹੱਕ ਹਲਾਲ ਦੀ ਕਮਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਅੱਜ ਦਾ ਜਿਹੜਾ ਸੈਮੀਨਾਰ ਹੈ ਇਸ ਦਾ ਵੀ ਮੁੱਖ ਮਕਸਦ ਇਹੀ ਹੈ ਕਿ ਵਿਦਿਆਰਥੀਆਂ ਤੱਕ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਹੁੰਚਾਈਏ ਔਰ ਇਹ ਵਿਦਿਆਰਥੀ ਜਿਹੜੇ ਆ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮਾਜ ਦੀ, ਇਸ ਦੇਸ਼ ਦੀ ਜਿਹੜੀ ਆ ਵਾਕ ਰੂਪ ਸੰਭਾਲਣੀ ਆ, ਤਾਂ ਕਿ ਉਹ ਆਪ ਵੀ ਰੋਲ ਮਾਡਲ ਬਣਨ ਅਤੇ ਦੂਸਰਿਆਂ ਲਈ ਵੀ ਇੱਕ ਰਾਤ ਸੇਰਾ ਜਿਹੜਾ ਉਭਰ। ਅਤੇ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਸੈਮੀਨਾਰ ਹੈ ਇਹ ਉਸ ਸਮੇਂ ਸਾਡੇ ਲਈ ਵੀ ਇੱਕ ਕਾਮਯਾਬੀ ਹੋਵੇਗੀ ਜਦੋਂ ਸਾਡੇ ਵਿਦਿਆਰਥੀਆਂ ਤੱਕ ਉਹਨਾਂ ਦਾ ਸੰਦੇਸ਼ ਜਾਵੇਗਾ ਅਤੇ ਸਾਰੇ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਬਾਣੀ ਨੂੰ, ਜਿਵੇਂ ਵਿੱਦਿਆ 'ਚ ਕਹਿੰਦੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਤੋ ਗੁਰਬਾਣੀ ਦੇ ਵਿੱਚ ਇਹ ਦਰਜ ਉਹਨਾਂ ਦੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ, ਉਹਨਾਂ ਦੇ ਉੱਤੇ ਚੱਲਣ ਦੀ ਲੋੜ ਹੈ, ਉਹਨਾਂ ਦੇ ਉੱਤੇ ਸੋਚ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ, ਫਿਰ ਅਸੀਂ ਇੱਕ ਸੱਚਾ ਸੁੱਚਾ ਸਮਾਜ ਜਿਹੜਾ ਹੈ ਉਹ ਸਿਰਜ ਸਕਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।